ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਭ ਦਾ। ਜਿੰਨੇ ਮਹਿਮਾਨ ਇੱਥੇ ਜੁੜੇ ਨੇ, ਘਰਾਂ ਵਿੱਚ ਬੈਠੇ, ਪੰਜਾਬੀ ਦੇਖ ਰਹੇ, ਪੂਰੀ ਦੁਨੀਆ ਵਿੱਚ ਸਾਨੂੰ ਯੂਟਿਊਬ ਦੇ ਉੱਪਰ ਵੀ ਅਸੀਂ ਲਾਈਵ ਕਰ ਰਹੇ ਹਾਂ, ਫੇਸਬੁੱਕ 'ਤੇ ਵੀ ਜਸ ਪੰਜਾਬੀ ਦੇ ਪੇਜ 'ਤੇ ਲਾਈਵ ਚੱਲ ਰਿਹਾ। ਸੋ ਸਾਨੂੰ ਮੈਸੇਜ ਨਾਲ ਨਾਲ ਆ ਰਹੇ ਨੇ, ਧੜਕ ਕੇ ਸਾਡੇ ਬਹੁਤ ਸਾਰੇ ਪੰਜਾਬੀ ਦੇਖਦੇ ਨੇ। ਮਹਿਮਾਨ ਹੁਣ ਜੁੜੇ ਨੇ ਜੀ ਅਸ਼ਵਨੀ ਕੁਮਾਰ। ਅਸ਼ਵਨੀ ਕੁਮਾਰ ਜੀ, ਸਵਾਗਤ ਤੁਹਾਡਾ। ਅਗਰ ਗੱਲ ਕਰੀਏ, ਇੱਕ ਲਫਜ਼ ਹੈ ਪੇਂਡੂ ਜਾਂ ਪਿਓਰ ਠੇਠ ਲਫਜ਼ ਹੈ ਗ੍ਰਾਈਂ, ਸਾਡਾ ਗ੍ਰਾਈਂ। ਸੋ ਇਹ ਬਾਲਮੁਕਨ ਸ਼ਰਮਾ ਜੀ ਦੇ ਗ੍ਰਾਈਂ ਨੇ, ਪੇਂਡੂ ਨੇ, ਔਰ ਬਚਪਨ ਦੀਆਂ ਜਿਹੜੀਆਂ ਕਹਿ ਸਕਦੇ ਅਸੀਂ ਕੋਈ ਨਹੀਂ ਯਾਦਾਂ ਨਹੀਂ, ਮੈਂ ਹੋਰ ਕੁਛ ਕਹਿਣ ਲੱਗਾ ਸੀ, ਸ਼ਰਾਰਤਾਂ ਜਿਹੜੀਆਂ ਇਹ ਦੱਸ ਸਕਦੇ ਨੇ। ਅਸ਼ਵਨੀ ਜੀ ਸਵਾਗਤ ਤੁਹਾਡਾ। ਥੈਂਕ ਯੂ ਜੀ ਜੱਗੀ ਸਾਹਿਬ। ਅਤੇ ਇਹ ਤੁਸੀਂ ਦੋਵੇਂ ਨਹੀਂ ਤਾਂ ਜਿੰਨੇ ਕਲਾਕਾਰਾਂ ਦੇ ਨਾਲ ਦੇ ਬੰਦੇ ਮਿਲਦੇ ਨੇ ਗ੍ਰਾਈ ਜਾਂ ਕਲਾਸ ਫੈਰੋ, ਉਹ ਤਕਰੀਬਨ ਕਾਫੀ ਏਡ ਜਿਹਾ ਲੱਗਦੇ, ਤੁਸੀਂ ਇਹਨਾਂ ਨੂੰ ਵੀ ਛੋਟੇ ਲੱਗੀ ਜਾਂਦੇ ਹੋ। ਹਾਂਜੀ ਹਾਂਜੀ, ਬਸ ਸਾਡਾ ਥੋੜ੍ਹਾ ਹੀ ਫਰਕ ਸੀ ਜੀ। ਅੱਛਾ ਜੀ। ਅੱਛਾ ਨਹੀਂ, ਉੱਦਾਂ ਆਪਾਂ ਅਕਸਰ ਦੇਖਿਆ ਨਾ, ਕਲਾਕਾਰ ਤਾਂ ਮੇਨਟੇਨ ਰੱਖਦੇ ਨੇ ਅਤੇ ਬਿਜ਼ਨਸਮੈਨ ਮੇਨਟੇਨ ਰੱਖਦੇ ਨੇ। ਹਾਂਜੀ, ਸਭ ਤੋਂ ਪਹਿਲਾਂ ਮੈਂ ਸ਼ਰਮਾ ਜੀ ਦਾ, ਇਹਨਾਂ ਦੀ ਫੈਮਿਲੀ ਦਾ ਨਿੱਘੇ ਦਿਲੋਂ ਜੀ ਆਖਦਾ ਹਾਂ ਕਿ ਇਹਨਾਂ ਨੇ ਸਾਡੇ ਵਿੱਚ ਟਾਈਮ ਕੱਢ ਕੇ ਆਪਣਾ ਮਾਰਕਫਿਟ ਕੰਪਨੀ ਦਾ ਕੰਪਨੀ ਦੇ ਪ੍ਰੋਡਕਟਾਂ ਨੂੰ ਸ਼ੇਅਰ ਕੀਤਾ। ਗੱਲ ਇੱਦਾਂ ਕਿ ਸ਼ਰਮਾ ਜੀ ਦਾ ਅਤੇ ਮੇਰਾ ਬਹੁਤ ਹੀ ਦੂਰ ਦਾ ਰਿਸ਼ਤਾ ਹੈ, ਦੂਰ ਦਾ ਡੂੰਘਾ ਰਿਸ਼ਤਾ ਹੈ, ਕਿਉਂਕਿ ਸ਼ਰਮਾ ਜੀ ਮੇਰੇ ਪੇਂਡੂ ਨੇ ਵੀ, ਪੇਂਡੂ ਵੀ ਹਨ ਅਤੇ ਮੇਰੇ ਬ੍ਰਦਰ ਵੀ ਦੂਰ ਹੀ ਨਾ, ਦੂਰ ਦੇ ਗਵਾਂਢੀ ਹੋ ਗਏ। ਹਾਂਜੀ ਹਾਂਜੀ, ਅਤੇ ਬਸ ਇੱਕੋ ਪਿੰਡ 'ਚ ਰਹੇ ਹਾਂ ਜੀ। ਨਿੱਕੇ ਹੁੰਦੇ ਵੀ ਬਹੁਤ ਸ਼ਰਾਰਤਾਂ ਕਰਦੇ ਹੁੰਦੇ ਸੀ, ਪ੍ਰਾਇਮਰੀ ਤੋਂ ਲੈ ਕੇ ਹਾਈ ਸਕੂਲ ਸਾਡਾ ਦੋਨਾਂ ਦਾ ਇਕੱਠਾ ਸੀ, ਕਾਫੀ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਸੀਗੀਆਂ, ਸ਼ਰਾਰਤਾਂ ਕਾਫੀ ਕਰਦੇ ਹੁੰਦੇ ਸੀਗੇ। ਕਿਹੜੀ ਸ਼ਰਾਰਤ ਦੱਸ ਦਿਓ ਕੋਈ? ਬਸ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਜਿਹੜੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ, ਬਟ ਯੂ ਨੋ ਲੋਕ ਸਮਝ ਗਏ ਹੁਣ, ਦੱਸਣ ਦੀ ਲੋੜ ਹੀ ਨਹੀਂ ਕਿਹੜੀਆਂ ਸ਼ਰਾਰਤਾਂ ਹੋਣਗੀਆਂ। ਹਾਂਜੀ, ਬਸ ਸ਼ਰਮਾ ਜੀ ਅਤੇ ਮੇਰਾ ਬਸ ਇੰਨਾ ਕੀ ਫਰਕ ਸੀਗਾ ਵੀ ਇਹ ਜਿਹੜਾ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀਗੇ। ਹਾਂਜੀ, ਪ੍ਰਾਇਮਰੀ ਤੋਂ ਲੈ ਕੇ ਹਮੇਸ਼ਾ ਇਹਨਾਂ ਦੇ ਫਾਦਰ ਵੀ ਇਹੀ ਕਹਿੰਦੇ ਹੁੰਦੇ ਸੀ ਵੀ ਕਾਕਾ ਫਸਟ ਕਲਾਸ 'ਤੇ ਕੁਛ ਨਹੀਂ, ਤੂੰ ਤਾਂ ਹਮੇਸ਼ਾ ਮੈਰਿਟ ਤੋਂ ਥੱਲੇ ਨੰਬਰ ਨਹੀਂ ਲੈਣੇ। ਅਸ਼ਵਨੀ ਜੀ, ਸੱਚਾਈ ਇਹ ਆ ਕਿ ਜੇ ਮੈਂ ਹੁਸ਼ਿਆਰ ਸੀਗਾ ਤਾਂ ਤੁਹਾਡੇ ਵੱਡੇ ਭਾਈ ਸਾਹਿਬ ਕਸਤੂਰੀ ਜੀ, ਉਹਨਾਂ ਦੇ ਸਕੂਲ ਸਾਡੇ 'ਚ ਨਾ ਬੋਰਡ 'ਤੇ ਨੰਬਰ 1 'ਤੇ ਨਾਮ ਲਿਖਿਆ ਸੀ ਰੋਲ ਆਫ ਆਨਰ ਦਾ, ਉਹਨਾਂ ਦਾ ਨਾਮ ਪੜ੍ਹ ਕੇ ਮੇਰੇ ਦਿਮਾਗ 'ਚ ਆਇਆ ਕਿ ਮੇਰਾ ਨਾਮ ਵੀ ਬੋਰਡ 'ਤੇ ਆਊਗਾ। ਕੀ ਬਾਤ ਹੈ, ਲਓ ਜੀ ਕਰੋ ਗੱਲ। ਅਤੇ ਹਮੇਸ਼ਾ ਮੈਂ ਤਾਂ ਇਹੀ ਦੇਖਦਾ ਵੀ ਹਮੇਸ਼ਾ ਇਹਨਾਂ ਦਾ ਮੈਰਿਟ 'ਤੇ ਨੰਬਰ ਹੁੰਦਾ ਸੀਗਾ ਅਤੇ ਅਖਬਾਰ ਦੇ ਵਿੱਚ ਫੋਟੋ ਹੁੰਦੀ ਹੁੰਦੀ ਸੀ। ਉਹ ਵੀ ਇੱਕ ਟਾਈਮ ਸੀ ਜਦੋਂ ਸਰਕਾਰੀ ਸਕੂਲਾਂ ਵਿੱਚ ਵੀ ਬੱਚੇ ਪੜ੍ਹ ਕੇ ਇੱਥੋਂ ਤੱਕ ਕਾਬਲੀਅਤ ਪਹੁੰਚ ਗਈ, ਜਿਹੜਾ ਕਿ ਇੱਕ ਮਿਸਾਲ ਬਣ ਗਈ ਸਾਡੇ ਪੰਜਾਬ ਦੀ। ਅੱਛਾ, ਇੱਕ ਅਕਸਰ ਸ਼ਰਮਾ ਜੀ, ਜਿਹੜੇ ਪੁਰਾਣੇ ਯਾਰ ਦੋਸਤ ਨੇ ਜਾਂ ਕਲਾਸ ਫੈਲੋ ਨੇ, ਉਹ ਕੰਮ ਦੇ ਨਾਲ, ਸਮੇਂ ਦੇ ਨਾਲ ਦੂਰ ਹੋਣ ਦੇ ਨਾਲ ਵਿਸਰ ਜਾਂਦੇ ਆ, ਮਿਲਵਰਤਨ ਘੱਟ ਜਾਂਦਾ, ਪਰ ਤੁਹਾਡਾ ਉੱਦਾਂ ਹੀ ਆ ਐਜ਼ ਇਟ ਇਜ਼, ਇਹਦਾ ਹੀ ਕਾਰਨ ਹੈ। ਬਸ ਜੀ, ਸਾਡਾ ਤਾਂ ਸਮਝਿਆ ਜਾਵੇ ਉਸ ਤੋਂ ਵੀ ਜ਼ਿਆਦਾ ਹੀ ਆ, ਜਦੋਂ ਵੀ ਇੰਡੀਆ ਜਾਈਦਾ ਵਾ, ਪਰਿਵਾਰਾਂ ਦਾ ਵੀ ਕਾਫੀ ਮੇਲ ਹੈਗਾ, ਇਹਨਾਂ ਦੇ ਬ੍ਰਦਰ ਸਾਰੇ ਮਿਲਦੇ ਰਹਿੰਦੇ ਆ ਜਦੋਂ ਵੀ ਇੰਡੀਆ ਜਾਈਦਾ, ਬਾਕੀ ਚੰਡੀਗੜ੍ਹ ਵੀ ਅਸੀਂ ਗਏ। ਕੋਈ ਯਾਦਗਾਰ ਤਾਂ ਦੱਸੋ, ਕੋਈ ਵਧੀਆ ਵਧੀਆ ਗੱਲਬਾਤ, ਕੋਈ ਯਾਦ। ਬਸ ਯਾਦਗਾਰ ਇੱਦਾਂ ਵੀ ਇਹ ਨਿੱਕੇ ਹੁੰਦੇ ਬਹੁਤ ਵਧੀਆ ਖੇਡਦੇ ਹੁੰਦੇ ਸੀਗੇ, ਬੈਡਮਿੰਟਨ ਦੇ ਐਕਸਪਰਟ ਸੀਗੇ, ਟੀਮਾਂ ਸਾਡੀਆਂ ਜਾਂਦੀਆਂ ਹੁੰਦੇ ਸੀ, ਜਲੰਧਰ ਜਾਣਾ ਕਦੇ, ਨਕੋਦਰ ਜਾਣਾ, ਉਦੋਂ ਖੇਲਣਾ, ਸ਼ਾਹਕੋਟ ਸਾਡਾ ਬਲਾਕ ਹੁੰਦਾ ਸੀਗਾ ਅਤੇ ਇਕੱਠੇ ਜਾਂਦੇ ਹੁੰਦੇ। ਚੰਗੀ ਗੱਲ ਹੈ, ਵੈਸੇ ਜਿਹੜੀ ਗੱਲ ਮੈਂ ਪੁੱਛਣੀ ਚਾਹੁੰਦਾ ਤੁਸੀਂ ਦੱਸ ਨਹੀਂ ਰਹੇ। ਚਲੋ ਖੈਰ, ਬਹੁਤ ਵਧੀਆ ਜੀ, ਬੜੀ ਮਿਹਰਬਾਨੀ। ਇੱਕ ਸ਼ਰਮਾ ਜੀ, ਅਸੀਂ ਪਰਸੋਂ ਚੌਥ ਪ੍ਰੋਗਰਾਮ ਕੀਤਾ ਸੀ ਇੱਥੇ ਕਿਸੇ ਟਰੱਕ ਡਰਾਈਵਿੰਗ ਸਕੂਲ 'ਤੇ, ਅਤੇ ਉੱਥੇ ਲੇਡੀਜ਼ ਆਈਆਂ, ਫੈਮਲੀਆਂ ਆਈਆਂ ਸਾਰੀਆਂ, ਉਹ ਮੈਨੂੰ ਹਜੇ ਤੱਕ ਉਲਾਂਭੇ ਦੇਈ ਜਾਂਦੀਆਂ ਵੀ ਅਸੀਂ ਇੰਨੇ ਵਧੀਆ ਸੂਟ ਪਾ ਕੇ ਆਈਆਂ, ਸਾਡੇ ਨਾਲ ਗੱਲ ਨਹੀਂ ਕੀਤੀ। ਸੋ ਇੱਥੇ ਆਪਾਂ ਲੇਡੀਜ਼ ਦੇ ਨਾਲ ਪਹਿਲਾਂ ਜ਼ਰੂਰ ਮੈਂ ਚਾਹੁੰਦਾ ਗੱਲਬਾਤ ਕਰੀਏ। ਪਹਿਲਾਂ ਮੈਡਮ ਸ਼ਰਮਾ ਜੀ, ਕੰਚਨ ਸ਼ਰਮਾ ਜੀ, ਇਹਨਾਂ ਦੀ ਧਰਮ ਪਤਨੀ, ਦੇਖਦੇ ਸ਼ਾਇਦ ਉਹ ਕੁਛ ਸੱਚ ਦੱਸ ਦੇਣ ਇਹਨਾਂ ਬਾਰੇ। ਮਾਈਕ ਮੈਂ ਹੀ ਲੈ ਜਾਵਾਂ? ਮੈਂ ਲੈ ਜਾਂਦਾ, ਤੁਸੀਂ ਬੈਠੋ, ਆ ਜਾਓ ਨਾਲ ਹੀ ਆ ਜਾਓ। ਚੈਰਿਟੀ ਸ਼ੁੱਡ ਬਿਗਿਨ, ਆਹੀ ਰੱਖ ਲੈਣੇ ਮਾਈਕ, ਇੱਕ ਹੀ ਰੱਖ ਲੈਣੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। USA ਦੇ ਜਿਹੜੇ ਵੀ ਪੰਜਾਬੀ ਇੱਥੇ ਸੈਟਲਡ ਹੈਗੇ ਆ, ਮੇਰੇ ਵੱਲੋਂ ਵੀ, ਸ਼ਰਮਾ ਜੀ ਵੱਲੋਂ ਵੀ, ਅਤੇ ਜੱਗੀ ਜੀ ਤੁਹਾਡੇ ਵੱਲੋਂ ਵੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ਰਮਾ ਜੀ ਨੂੰ ਗੁੱਸਾ ਆਉਂਦਾ ਕਦੇ ਕਿ ਨਹੀਂ? ਲੱਗਦਾ ਨਹੀਂ, ਵੈਸੇ ਕਦੇ ਗੁੱਸਾ ਆਉਂਦਾ ਇਹਨਾਂ ਨੂੰ? ਜਦੋਂ ਆਵੇ ਤਾਂ ਬਹੁਤ ਹੀ ਆਉਂਦਾ ਆ। ਅੱਛਾ ਜੀ, ਪਰ ਬਹੁਤ ਘੱਟ। ਅਤੇ ਤੁਹਾਨੂੰ? ਹਾਂਜੀ, ਮੈਨੂੰ ਫਿਰ ਇਹਨਾਂ ਦੇ ਹਾਸਿਆਂ ਤੇ ਛਨਕਾਟਿਆਂ ਵਿੱਚੋਂ ਜੇ ਆਇਆ ਵੀ ਹੋਵੇ ਤੇ ਉਹ ਦੱਬ ਜਾਂਦਾ ਜੀ। ਅੱਛਾ, ਜਿਵੇਂ ਵੈਸੇ ਲੋਕੀ ਮੈਨੂੰ ਵੀ ਕਮੇਡੀਅਨ ਹੀ ਕਹਿੰਦੇ, ਸ਼ਰਮਾ ਜੀ ਭਗਵੰਤ ਮਾਨ ਕਰਕੇ, ਵੈਸੇ ਮੈਂ ਹੈ ਨਹੀਂ, ਤੇ ਮੈਂ ਘਰੇ ਤਾਂ ਮੈਂ ਚੁੱਪ ਨਹੀਂ, ਮੈਂ ਬਾਹਰ ਬਾਹਰ ਬੋਲਦਾ, ਘਰੇ ਨਹੀਂ ਬੋਲਦਾ, ਅਸੀਂ ਵੰਡੇ ਹੋਏ ਕੰਮ, ਉਹ ਬਾਹਰ ਬੋਲਦੀ ਹੈ, ਮੈਂ ਬਾਹਰ ਬੋਲਦਾ, ਉਹ ਘਰੇ ਬੋਲਦੀ ਸਿਰਫ। ਨਹੀਂ, ਇੱਥੇ ਸਾਡੇ ਕੇਸ 'ਚ ਬਾਹਰ ਵੀ ਇਹੀ ਬੋਲਦੇ ਆ, ਘਰ ਵੀ ਇਹੀ। ਚਲੋ, ਬੜੀ ਮਿਹਰਬਾਨੀ ਜੀ। ਅਤੇ ਬੇਟੀ ਬਿਨਾ?
ਉਧਰ ਬੰਗੜ ਸਾਹਿਬ ਕੈਮਰਾ ਹੈਲੋ ਸਤਿ ਸ਼੍ਰੀ ਅਕਾਲ ਬੇਟਾ ਕਿਵੇਂ ਲੱਗ ਰਿਹਾ ਇੱਥੇ ਬਹੁਤ ਵਧੀਆ ਲੱਗ ਰਿਹਾ ਅੰਕਲ ਮੈਂ ਤਾਂ ਆਈ ਹੈਵ ਗਰੋਨ ਅਪ ਸੋਨਾ ਦਾ ਸਾਗ ਖਾਂਦੇ ਹੋਏ ਅਸੀਂ ਕਾਲਜ ਜਾਂਦੇ ਸੀਗੇ ਤੇ ਦਿੱਲੀ ਵਿੱਚ ਕੜੀ ਨਹੀਂ ਮਿਲਦੀ ਸਾਡੀ ਜਿਹੜੀ ਪੰਜਾਬ ਵਿੱਚ ਅਸੀਂ ਖਾਂਦੇ ਹਾਂ ਤੇ ਮਾਰਕਫੈਡ ਦੇ ਕੜੀ ਨੇ ਮੇਰੀ ਕਾਲਜ ਲਾਈਫ ਲੰਘਾਈ ਆ ਵਾਹ ਜੀ ਵਾਹ ਕੀ ਬਾਤ ਹੈ ਕਿਹੜੀ ਕਲਾਸ ਪੜ੍ਹਦੇ ਹੋ ਅੰਕਲ ਮੈਂ ਜੋਬ ਕਰਦੀ ਹਾਂ ਅੱਛਾ ਜੋਬ ਕਰਦੇ ਹੋ ਲੈ ਲੱਗਦਾ ਨਹੀਂ ਵੈਸੇ ਬੇਟੇ ਸੱਚੀ ਉਹ ਮਤਲਬ ਦੇਖੋ ਬਾਪ ਨਹੀਂ ਲੱਗ ਰਹੇ ਬਿਲਕੁਲ ਉਮਰ ਦਾ ਅਤੇ ਮਦਰ ਦਾ ਨਹੀਂ ਲੱਗ ਰਿਹਾ ਪਤਾ ਤੁਹਾਡਾ ਤਾਂ ਚਲੋ ਨਹੀਂ ਬਹੁਤ ਆਲ ਦਾ ਬੈਸਟ ਵਿਸ਼ ਯੂ ਆਲ ਦਾ ਬੈਸਟ ਮਾਈਕ ਇੱਧਰ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਤੁਸੀਂ ਆਪਣਾ ਅਵਤਾਰ ਗਿੱਲ ਸਾਹਿਬ ਦੇ ਮਿਸਿਜ ਤੁਸੀਂ ਕੁਛ ਨਹੀਂ ਕਹਿੰਦਾ ਜੀ ਮਾਈਕ ਤੁਸੀਂ ਆਪਦਾ ਨਾਮ ਦੱਸ ਦਿਓ ਨਾਮ ਦੱਸ ਦਿਓ ਆਪਣਾ ਜਸਵਿੰਦਰ ਗਿੱਲ ਜੀ ਮਾਈਕ ਨੇੜੇ ਕਰਕੇ ਦੱਸੋ ਜੀ ਅਤੇ ਅਵਤਾਰ ਭਾਅ ਜੀ ਨੂੰ ਕਿਹੜੀ ਗੱਲ ਤੋਂ ਗੁੱਸਾ ਆਉਂਦਾ ਕਦੇ ਆਉਂਦਾ ਮਾਈਕ ਨੇੜੇ ਕਰਕੇ ਦੱਸੋ ਕਿੰਨਾ ਕੁ ਆਉਂਦਾ ਅੱਛਾ ਫਿਰ ਤੁਸੀਂ ਉਹਨਾਂ ਦਾ ਗੁੱਸਾ ਕਿਵੇਂ ਠੀਕ ਕਰਦੇ ਹੋ ਚੁੱਪ ਕਰ ਜਾਈਦਾ ਅੱਛਾ ਇਹ ਵੀ ਵਧੀਆ ਆਈਡੀਆ ਹਾਂਜੀ ਤੁਹਾਡਾ ਨਾਮ ਜਸਪ੍ਰੀਤ ਕੌਰ ਹਾਂਜੀ ਜਸਪ੍ਰੀਤ ਜੀ ਇਹ ਦੰਦਾਂ ਨੂੰ ਲੋਕ ਲਵਾਇਆ ਹੋਇਆ ਦਿਸ ਰਿਹਾ ਕੈਮਰੇ 'ਚ ਕੀ ਭੱਜਦੇ ਦੰਦ ਕਿਤੇ ਜਿੰਦਾ ਲਾਇਆ ਹੋਇਆ ਦੰਦਾਂ ਨੂੰ ਨਹੀਂ ਨਹੀਂ ਉਹ ਮੇਰੇ ਥੋੜ੍ਹੇ ਜਿਹੇ ਸੀਗਾ ਹੌਡ ਸੀਗਾ ਫਿਰ ਮੈਂ ਕਿਹਾ ਸਿੱਧੇ ਕਰਾ ਲੈਂਦੀ ਹਾਂ ਅੱਛਾ ਜੀ ਹੌਡ ਵੀ ਵਧੀਆ ਲੱਗਦਾ ਵੈਸੇ ਤੁਹਾਡੇ ਅੱਛਾ ਕੀ ਤੁਸੀਂ ਖਾਂਦੇ ਹੋ ਮਾਰਕਫੈਡ ਦਾ ਸਮਾਨ ਕਦੇ ਹਾਂਜੀ ਹਾਂਜੀ ਬਹੁਤ ਵਧੀਆ ਵਾ ਅਸੀਂ ਇਹਨਾਂ ਨੇ ਦੱਸਿਆ ਸੀਗਾ ਜਿਹੜੇ ਹੈਗੇ ਆ ਨੀਤੂ ਭਾਅ ਜੀ ਜੀ ਉਹਨੇ ਦੱਸਿਆ ਸੀਗਾ ਕਿ ਜਿਹੜੇ ਉਹਨਾਂ ਦੇ ਚੌਲ ਆ ਉਹ ਪਾਕਿਸਤਾਨ ਤੋਂ ਆਉਂਦੇ ਆ ਬਹੁਤ ਵਧੀਆ ਨੇ ਅਸੀਂ ਉਹ ਟਰਾਈ ਕੀਤੇ ਸੀ ਜਿਹਦੀ ਉਹ ਡਿਸਟ੍ਰੀਬਿਊਸ਼ਨ ਕਰਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਜੈਸਮੀਨ ਇਹ ਵੀ ਇਹ ਨੈਸ਼ਨਲ ਡਿਸਟ੍ਰੀਬਿਊਸ਼ਨ ਗਰੁੱਪ ਦੇ ਨਾਲ ਜੁੜੇ ਹੋਏ ਨੇ ਜੈਸਮੀਨ ਜੀ ਕੱਲ੍ਹ ਕਾਫੀ ਸਾਡੇ ਨਾਲ ਘੁੰਮੇ ਫਿਰੇ ਇਹਨਾਂ ਨੇ ਹਾਂਜੀ ਕੀ ਹਾਲ ਹੈ ਜੀ ਬਸ ਠੀਕ ਠਾਕ ਜੀ ਸ਼ਟ ਅਪ ਕਹਿ ਕੇ ਦਿਖਾਓ ਇੱਕ ਵਾਰੀ ਨਹੀਂ ਨਹੀਂ ਹੁਣ ਉਹ ਬੋਲ ਨਹੀਂ ਹੈਗਾ ਅੱਛਾ ਤੁਸੀਂ ਦੱਸੋ ਨੈਸ਼ਨਲ ਡਿਸਟ੍ਰੀਬਿਊਸ਼ਨ ਬਾਰੇ ਜ਼ਰੂਰ ਜਾਣਨਾ ਪਾਓ ਅੱਜ ਲਾਈਵ ਪ੍ਰੋਗਰਾਮ ਚੱਲ ਰਿਹਾ ਕੱਲ੍ਹ ਵਾਲਾ ਆਪਾਂ ਪ੍ਰੋਗਰਾਮ ਜਿਹੜਾ ਕੀਤਾ ਸੀ ਉਹ ਰਿਕਾਰਡਡ ਆ ਬਾਅਦ 'ਚ ਆਉਣਾ ਅਤੇ ਅੱਜ ਤੁਸੀਂ ਜਾਣਨਾ ਪਾਓ ਤੁਹਾਡੇ ਇਹਦੀ ਡਿਸਟ੍ਰੀਬਿਊਸ਼ਨ ਜਿਹੜੀ ਹੈ ਕੀ ਹੈ ਅਸੀਂ ਕਰਦੇ ਹੈਗੇ ਹਾਂ ਜਿੱਦਾਂ ਮਾਰਕਫੈਡ ਦਾ ਅਚਾਰ ਹੈਗੇ ਆ ਸਾਡੇ ਕੋਲ ਸਾਰਾ ਮਾਰਕਫੈਡ ਦਾ ਪ੍ਰੋਡਕਟ ਹੈਗਾ ਆ ਉਹਦੇ ਵਿੱਚ ਸਾਡੇ ਕੋਲ ਹੈਗੇ ਆ ਸਾਗ ਪਿਕਲਸ ਲੈਮਨ ਪਿਕਲ ਚਿਲੀ ਪਿਕਲ ਜਿਹੜਾ ਪੰਜਾਬੀਆਂ ਲਈ ਮੇਨ ਚੀਜ਼ ਹੈਗੀ ਆ ਜਿਹੜੇ ਬਹੁਤ ਜ਼ਿਆਦਾ ਚੱਲਦਾ ਆ ਚਿਲੀ ਪਿਕਲ ਕਿਉਂਕਿ ਆਪਾਂ ਸਪਾਈਸੀ ਲਾਈਕ ਕਰਦੇ ਹਾਂ ਅਤੇ ਇੱਕ ਵਾਰੀ ਜਿਹੜਾ ਵੀ ਟਰਾਈ ਕਰਦਾ ਆ ਜਿਸ ਵਾਂਟਡ ਲਾਈਕ ਅਸੀਂ ਚਿਲੀ ਪਿਕਲ ਚਾਹੀਦਾ ਹੀ ਚਾਹੀਦਾ ਆ ਅਤੇ ਸਪੈਸ਼ਲ ਮੈਂਗੋ ਪਿਕਲ ਜਿਹੜਾ ਹੈਗਾ ਆ ਇੰਨਾ ਜ਼ਿਆਦਾ ਲਾਈਕ ਮਾਰਕੀਟ 'ਚ ਨਿਕਲ ਰਿਹਾ ਆ ਅਤੇ ਆਈ ਥਿੰਕ ਇਟਸ ਲਾਈਕ ਰੀਅਲੀ ਗੁੱਡ ਪ੍ਰੋਡਕਟ ਤੁਸੀਂ ਕੀ ਲਾਈਕ ਕਰਦੇ ਨੇ ਸਾਰੀ ਚੀਜ਼ਾਂ ਤੋਂ ਲੋਕੀ ਚਿਲੀ ਪਿਕਲ ਚਲੋ ਥੈਂਕ ਯੂ ਵੈਰੀ ਮੱਚ ਤਾੜੀਆਂ ਮਾਰ ਦਿਓ ਜੀ ਸਾਰਿਆਂ ਵਾਸਤੇ ਹਾਂਜੀ ਇੱਧਰ ਜਿਹੜਾ ਨੂੰ ਮੈਂ ਜਿਹਨਾਂ ਕੋਲ ਹੁਣ ਮਾਈਕ ਲੈ ਕੇ ਚੱਲਿਆ ਅਗਰ ਬਲਮਗੰਜ ਜੀ ਤੁਸੀਂ ਇੰਟਰੋਡਕਸ਼ਨ ਕਰਾ ਦਿਓ ਤੁਹਾਡੀਆਂ ਕੈਸਟਾਂ ਦੇ ਵਿੱਚ ਸੁਪਰ ਡੁਪਰ ਕਰੈਕਟਰ ਕਿਹਨਾਂ ਦੀਆਂ ਕੈਸਟਾਂ ਦੇ ਵਿੱਚ ਯਾ ਜਦੋਂ ਪੱਲਾ ਸਕਦਾ ਯਾ ਭਾਨਾ ਉਹ ਭਾਨਾ ਕਿੱਥੋਂ ਆਇਆ ਮਿਲਾਓ ਹਾਂਜੀ ਭਾਨਾ ਜੀ ਆ ਦੇਖੋ ਜੀ ਨਾਲ ਭਾਨਾ ਜੀ ਅਤੇ ਨਾਲ ਭਾਨਾ ਜੀ ਦੇ ਅਚਾਰ ਵੀ ਸਾਰਾ ਮਾਰਕਫਿਟ ਦਾ ਸੋਨਾ ਦਾ ਪਿਆ ਸਾਗ ਵੀ ਪਿਆ ਅਤੇ ਇਹ ਹੁਣ ਚੱਕੀ ਹੋਣਾ ਮੈਂ ਲੈ ਕੇ ਜਾਣਾ ਨੌਰਥ ਅਮੈਰੀਕਾ ਦੇ ਸਾਰੇ ਪੰਜਾਬੀਆਂ ਨੂੰ ਇਹ ਖੁਸ਼ੀ ਹੋਊਗੀ ਕਿ ਜਿਹੜਾ ਸਾਡਾ ਛਿੰਦਕਾਟਾ ਦਾ ਬਹੁਤ ਵੱਡਾ ਮਸ਼ਹੂਰ ਕਰੈਕਟਰ ਹੋਇਆ ਭਾਨਾ ਉਹ ਕਿੱਥੋਂ ਪੈਦਾ ਹੋਇਆ ਫਰਜਨੋ ਤੋਂ ਸਾਡੇ ਭਾਨਾ ਜੀ ਦਰਸ਼ਨ ਕਰੋ ਸਾਕਸ਼ਾਤ ਜੀ ਭਾਨਾ ਜੀ ਨਾਮ ਅਸਲੀ ਇਹ ਆ ਮੈਂ ਕੀ ਦੱਸਾਂ ਤੈਨੂੰ ਮੈਨੂੰ ਤਾਂ ਇਹਨਾਂ ਨੂੰ ਦੇਖ ਕੇ ਚੌ ਚੌ ਚੜ ਜਾਂਦਾ ਨਹੀਂ ਤੁਹਾਡਾ ਅਸਲੀ ਨਾਮ ਹੀ ਭਾਨਾ ਕਿ ਹੋਰ ਨਾ ਮੇਰੀ ਮਾਂ ਕਹਿੰਦੀ ਹੁੰਦੀ ਤੀ ਜੇ ਭਾਨਾ ਕਹਿ ਤਾਂ ਢਹਿ ਜਾਣਿਆ ਤੂੰ ਕਿਤੇ ਹੋਰ ਜਾਈ ਮੇਰੇ ਘਰ ਨਾ ਆਈ ਅੱਛਾ ਬੱਲੇ 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 ਨਾਂ ਰਾਮਪਾਲ ਸ਼ੁਕਲਾ ਛਿੰਦਰਾ ਪਿੰਡ ਰਾਮਪਾਲ ਦਰਾਹੇ ਦੇ ਕੋਲ ਛਿੰਦਰਾ ਪਿੰਡ ਭੱਲਾ ਸਾਹਿਬ ਦੇ ਨਾਲ ਛਿੰਦਰਾ ਛਿੰਦਰਾ ਸਿੰਦਣਾ ਲੋਹੀਆਂ ਦੇ ਕੋਲ ਹੀ ਪੈਂਦਾ ਨਹੀਂ ਦਰਾਹੇ ਕੋਲ ਰਾਮਪੁਰ ਕਟਾਣੀ ਦੇ ਕੋਲ ਤੁਸੀਂ ਖੜੇ ਹੋ ਜਾਓ ਜ਼ਿਆਦਾ ਵਧੀਆ ਰਹੂਗਾ ਨਾਲੇ ਦੇਖ ਲੈਣਗੇ ਸਾਰੇ ਵਾਹ ਵਾਹ ਭਾਨਾ ਜੀ ਲਓ ਦੱਸੋ ਜੇ ਨਹੀਂ ਖੜੇ ਹੋਣਾ ਪੈਸੇ ਦੇ ਦਿਓ ਮੈਂ ਇਹ ਲਓ ਤਾੜੀਆਂ ਮਾਰ ਤਾੜੀਆਂ ਮਾਰ ਦਿਓ ਸੋ ਜਿੰਨੀਆਂ ਕੈਸਟਾਂ ਮੈਂ ਕਹਿੰਦਾ ਜੀ ਫਿਕਰ ਨਾ ਕਰੋ ਜਿੰਨੀਆਂ ਕੈਸਟਾਂ ਤੁਸੀਂ ਸੁਣਦੇ ਹੋ ਜਾਂ ਸਾਡੀਆਂ ਭਗਵੰਤ ਮਾਨ ਉਹਨਾਂ ਦੀਆਂ ਜਾਂ ਬਾਲਮਕੰਦ ਜੀ ਉਹਨਾਂ ਦੀਆਂ ਉਹਨਾਂ ਦੇ ਵਿੱਚ ਕਰੈਕਟਰ ਜਿਹੜੇ ਹੁੰਦੇ ਨੇ ਉਹ ਬਕਾਇਦਾ ਵਾਕਿਆ ਹੀ ਹੁੰਦੇ ਨੇ ਕਿਤੇ ਨਾ ਕਿਤੇ ਸੋ ਇੱਥੇ ਕਿੱਥੇ ਰਹਿੰਦੇ ਹੋ ਇੱਥੇ ਫਰੇਜਨੋ ਚ ਰਹਿਨੋ ਹੀ ਹੁਣ ਫਾਊਲਰ ਰਹਿਣਾ ਅੱਛਾ ਇਹ ਗੁੱਸੇ ਜਿਹੇ ਕਿਉਂ ਬੋਲ ਰਹੇ ਕਰੈਕਟਰ ਆ ਭਾਨਾ ਜੀ ਜਾਣਦੇ ਆ ਥੈਂਕ ਯੂ ਆ ਤੁਹਾਡਾ ਕੀ ਨਾਮ ਜੀ ਤੁਸੀਂ ਵੀ ਨਾਮ ਦੱਸੋ ਪ੍ਰਤੀਕ ਪ੍ਰਤੀਕ ਸੂਚਕ ਅੱਛਾ ਜੀ ਬਹੁਤ ਮਿਹਰਬਾਨੀ ਕੈਨੀ ਕਿੱਦਾਂ ਇਹ ਕੈਨੀ ਸਾਹਿਬ ਨੇ ਜੀ ਡਾਇਲੋਗ ਬੋਲੂਗਾ ਅਵਤਾਰ ਗਿੱਲ ਸਾਹਿਬ ਦੇ ਬੇਟੇ ਥੋੜ੍ਹਾ ਇਹਨਾਂ ਦਾ ਹੁਣੇ ਟ੍ਰੀਟਮੈਂਟ ਹੋ ਕੇ ਆਈ ਆ ਪਰ ਫਿਰ ਵੀ ਪਰਮਾਤਮਾ ਦੀ ਕਿਰਪਾ ਬਹੁਤ ਠੀਕ ਨੇ
ਤੇ ਡਾਇਲੌਗ ਬੋਲਣਾ ਇਹਨਾਂ ਵਾਲਾ। ਹਾਂ ਡਾਇਲੌਗ ਮੈਂ ਸਿੱਧਾ ਕਹਿੰਦਾ ਜੀ ਸਾਰਿਆਂ ਨੂੰ, ਜੁੱਤੀ ਚ ਮੇਰੀ ਤੰਗ, ਜਵਾਈ ਹੈਗਾ ਨੰਗ, ਸਾਰੀ ਉਮਰ ਮੱਤ ਮਾਰੂ। ਤਾੜੀਆਂ ਮਾਰ ਲੈਣਾ। ਬਹੁਤ ਵਧੀਆ ਜੀ, ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ, ਅਸੀਂ ਹੋਰ ਮਹਿਮਾਨਾਂ ਨਾਲ ਵੀ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਗੱਲ ਇਹ ਆ ਵੀ ਪ੍ਰੋਗਰਾਮ ਚੱਲ ਰਿਹਾ, ਹਾਂਜੀ, ਤੇ ਇਹ ਕਮੇਡੀ ਦਾ ਇੱਕ ਅਸੂਲ ਆ ਕਿ ਚੈਰਿਟੀ ਸ਼ੁੱਡ ਆਲਵੇਜ਼ ਬਿਗਿਨ ਫਰੋਮ ਹੋਮ, ਤੇ ਮੈਂ ਚੁੰਡੀ ਜੱਗੀ ਦੇ ਵੱਢਣ ਲੱਗਿਆ। ਵਾਹ ਜੀ ਵਾਹ। ਜੱਗੀ ਦੇ ਚੁੰਡੀ ਤਾਂ ਵੱਢਣ ਲੱਗਿਆ ਕਿ ਸੱਚੀ ਗੱਲ ਆ ਕਿ 2005-06 ਵਿੱਚ ਮੈਂ ਚੀਫ ਮੈਨੇਜਰ ਬਣਿਆ ਮਾਰਕਫੈੱਡ 'ਚ, ਅਤੇ ਭਗਵੰਤ ਮਾਨ ਉਦੋਂ ਪੋਲੀਟਿਕਸ ਨਹੀਂ ਸੀ ਆਏ। ਭਗਵੰਤ ਮਾਨ ਨੂੰ ਇੱਕ ਕੰਪਨੀ ਨੇ ਹਾਇਰ ਕੀਤਾ ਐਜ਼ ਬ੍ਰੈਂਡ ਅੰਬੈਸਡਰ, ਅਤੇ ਕਿਸਾਨ ਮੇਲਾ PHUD ਲੱਗਿਆ। ਉਸ ਮੇਲੇ ਵਿੱਚ ਭਗਵੰਤ ਮਾਨ ਐਜ਼ ਆਰਟਿਸਟ ਆਏ, ਅਤੇ ਮੈਨੂੰ ਇਹ ਚੀਫ ਮੈਨੇਜਰ ਬਹਿਣਾ ਪਿਆ, ਅਤੇ ਆਰਟਿਸਟ ਨਹੀਂ ਮੈਂ ਗਿਆ, ਮੈਂ ਚੁੱਪ ਕਰਕੇ ਬਹਿਣਾ ਪੈ ਸੀਗਾ। ਅਤੇ ਉੱਥੇ ਭਗਵੰਤ ਮਾਨ ਨੇ ਕੀ ਕਿਹਾ, ਕਿਸਾਨ ਬਹੁਤ ਇਕੱਠੇ ਹੋਏ ਸੀਗੇ, ਅਤੇ ਕੰਪਨੀ ਦਾ ਪ੍ਰੋਡਕਟ ਵੇਚਦੇ ਸੀ ਭਗਵੰਤ ਮਾਨ, ਵੈਦਰ ਫੋਰਕਾਸਟ ਦੇ ਕਾਰਡ ਹੁੰਦੇ ਸੀ, ਉਹ ਕਾਰਡ ਕੰਪਨੀ ਵੇਚਦੀ ਹੁੰਦੀ ਸੀ, ਅਤੇ ਭਗਵੰਤ ਮਾਨ ਉਹ ਕਾਰਡਾਂ ਬਾਰੇ ਤਾਂ ਬੋਲੇ ਨਹੀਂ, ਅਤੇ ਜਦੋਂ ਸਟੇਜ 'ਤੇ ਗਏ ਕਹਿੰਦੇ ਪ੍ਰੈਸ ਵਾਲਿਓ, ਤੁਸੀਂ ਮੈਨੂੰ ਪਤਾ ਇਹ ਖਬਰ ਨਹੀਂ ਬਣਾਉਣੀ ਕਾਰਡ ਮੈਂ ਵੇਚਣ ਆਇਆ, ਤੁਸੀਂ ਖਬਰ ਇਹ ਲਾਉਣੀ ਆ ਕਿ ਬਾਲ ਮਕਾਨ ਨੇ ਭੱਲਾ ਸਾਹਿਬ ਦਾ ਸਾਥ ਛੱਡਿਆ ਅਤੇ ਭਗਵੰਤ ਮਾਨ ਨਾਲ ਆ ਮਿਲਿਆ। ਅਤੇ ਮੈਂ ਕਿਹਾ ਭਗਵੰਤ ਜੀ ਗੱਲ ਇਹ ਆ, ਮੈਨੂੰ ਜਵਾਬ ਔੜ ਗਿਆ ਸੀਗਾ, ਪਰ ਮੈਂ ਹੁਣ ਐਜ਼ ਚੀਫ ਮੈਨੇਜਰ ਆਇਆ ਵਾਂ, ਜੋ ਰਾਤ ਨੂੰ ਖਾਣੇ ਦੇ ਇਕੱਠੇ ਹੋਏ ਉਦੋਂ ਮੈਂ ਭਗਵੰਤ ਨੂੰ ਗੱਲ ਸੁਣਾਈ। ਮੈਂ ਕਿਹਾ ਭਗਵੰਤ ਜੀ ਖਬਰ ਇਹ ਨਹੀਂ ਆਉਣੀ ਸੀ ਕਿ ਬਾਲ ਮਕਾਨ ਨੇ ਭੱਲਾ ਸਾਹਿਬ ਸਾਥ ਛੱਡਿਆ, ਖਬਰ ਇਹ ਆਉਣੀ ਸੀ ਕਿ ਬਾਲ ਮਕਾਨ ਅਤੇ ਜੱਗੀ ਇਕੱਠੇ ਹੋ ਗਏ, ਜੋੜੀ ਬਣਾ ਲਈ, ਔਰ ਜੱਗੀ ਅਤੇ ਬਾਲ ਮਕਾਨ ਮਿਲ ਕੇ ਇਕੱਠੇ ਹੋ ਗਏ, ਸ਼ਾਹਕੋਟ ਦਾ ਜੱਗੀ ਅਤੇ ਲੋਹੀਆਂ ਦਾ ਬਾਲ ਮਕਾਨ, ਅਤੇ ਜੱਗੀ ਕਹਿੰਦਾ ਭਾਅ ਜੀ ਗੱਲ ਇਹ ਆ, ਤੁਸੀਂ ਮੇਰੇ ਸੀਨੀਅਰ ਹੈਗੇ ਆ, ਆਪਾਂ ਮਿਲ ਕੇ ਕੈਸਟ ਕੱਢਣੀ ਆ, ਕੈਸਟ ਬਹੁਤ ਹਿੱਟ ਹੋਣੀ ਦੁਨੀਆਂ 'ਚ, ਕਿਉਂਕਿ ਜੱਗੀ ਦਾ ਦਿਮਾਗ ਅਤੇ ਬਾਲ ਮਕਾਨ ਦਾ ਪੈਸਾ। ਤੇ ਮੈਂ ਕਿਹਾ ਜੱਗੀ ਹਿੱਟ ਤਾਂ ਬਾਅਦ 'ਚ ਹੋਊ, ਇਹ ਕੈਸਟ ਬਣਨੀ ਨਹੀਂ। ਕਹਿੰਦਾ ਕਿਉਂ? ਮੈਂ ਕਿਹਾ ਬਾਲ ਮਕਾਨ ਕੋਲ ਪੈਸਾ ਹੈ ਨਹੀਂ ਅਤੇ ਕੋਈ ਦਿਮਾਗ, ਇਹ ਕੈਸਟ ਬਣਨੀ ਨਹੀਂ। ਵਾਹ ਜੀ ਵਾਹ, ਆਹ ਹੁੰਦਾ ਅਸਲੀ ਪ੍ਰੋਗਰਾਮ ਨਜ਼ਾਰਾ ਪ੍ਰੋਗਰਾਮ ਦਾ।